ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਿੰਡੀ ਜਾਸੇ ਇਨ ਆਸਟ੍ਰੇਲੀਆ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ ਹਾਂ। ਅੱਜ ਮੈਂ ਬਣਾਉਣ ਲੱਗੀ ਹਾਂ ਖੋਆ, ਜਾਂ ਮਾਵਾ ਕਹਿ ਦਿਉ ਜਾਂ ਖੋਆ ਕਹਿ ਦਿਉ। ਮੈਂ ਦੁੱਧ ਤੋਂ ਨਹੀਂ ਬਣਾਉਂਗੀ, ਉਹਨੂੰ ਬਹੁਤ ਟਾਈਮ ਲੱਗਦਾ ਆ ਬਣਾਉਣ ਨੂੰ। ਕਈ ਵਾਰੀ ਆਪਾਂ ਨੂੰ ਇੱਕਦਮ ਖੋਆ ਚਾਹੀਦਾ ਹੁੰਦਾ ਆ, ਕਈ ਵਾਰੀ ਆਪਾਂ ਗਜਰੇਲਾ ਬਣਾ ਰਹੇ ਹਾਂ, ਪਿੰਨੀਆਂ ਬਣਾ ਰਹੇ ਹਾਂ, ਆਪਣਾ ਦਿਲ ਕਰਦਾ ਆਪਾਂ ਪਿੰਨੀਆਂ 'ਚ ਖੋਆ ਪਾ ਲਈਏ, ਗਜਰੇਲੇ 'ਚ ਖੋਆ ਪਾ ਲਈਏ। ਸੋ ਮੈਂ ਤੁਹਾਨੂੰ ਦਿਖਾਉਂਗੀ 10 ਕੁ ਮਿੰਟ ਦੇ ਵਿੱਚ ਆਪਾਂ ਖੋਏ ਨੂੰ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ। ਅਤੇ ਉਹਦੇ ਲਈ ਬਹੁਤੀਆਂ ਚੀਜ਼ਾਂ ਵੀ ਨਹੀਂ ਚਾਹੀਦੀਆਂ, 3 ਕੁ ਚੀਜ਼ਾਂ ਚਾਹੀਦੀਆਂ ਆਪਾਂ ਨੂੰ। ਸੋ ਆਓ ਫਿਰ ਮੈਂ ਤੁਹਾਨੂੰ ਅੱਜ ਬਣਾ ਕੇ ਦਿਖਾਉਂਦੀ ਹਾਂ ਖੋਆ ਆਪਾਂ 10 ਕੁ ਮਿੰਟ ਦੇ ਵਿੱਚ ਕਿੱਦਾਂ ਬਣਾ ਸਕਦੇ ਹਾਂ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਆਪਣੇ ਫਰੈਂਡਾਂ ਵਿੱਚ ਵੀ ਸ਼ੇਅਰ ਕਰਿਆ ਕਰੋ, ਉਹਨਾਂ ਨੂੰ ਮੇਰੇ ਚੈਨਲ ਬਾਰੇ ਦੱਸਿਆ ਕਰੋ। ਮੇਰੀਆਂ ਵੀਡੀਓ ਵੀ ਸਰਚ ਕਰਕੇ ਪੇਂਡੂ ਜਾਸੀ ਆਸਟ੍ਰੇਲੀਆ ਦੇ ਚੈਨਲ 'ਤੇ ਜਾ ਕੇ ਸਰਚ ਕਰ ਸਕਦੇ ਆ। ਸੋ ਚਲੋ ਜੀ, ਆਓ ਫਿਰ ਆਪਾਂ ਖੋਆ ਬਣਾਉਂਦੇ ਹਾਂ। ਅੱਜ ਇੰਸਟੈਂਟ ਖੋਆ ਬਣਾਵਾਂਗੇ ਜਿਹੜਾ 10 ਕੁ ਮਿੰਟ ਦੇ ਵਿੱਚ, 9-10 ਮਿੰਟ 'ਚ ਬਣ ਜਾਵੇ। ਚਲੋ ਜੀ, ਆਓ ਫਿਰ ਖੋਆ ਬਣਾਈਏ। ਖੋਆ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਇੱਕ ਫਰਾਈ ਪੈਨ ਰੱਖ ਲਿਆ ਆ। ਇਹਦੇ ਵਿੱਚ ਮੈਂ 3 ਟੇਬਲ ਸਪੂਨ ਆ ਜਿਹੜੇ ਨਾ ਉਹ ਘਿਓ ਦੇ ਪਾਉਂਗੀ, ਮੈਂ ਦੇਸੀ ਘਿਓ ਪਾਉਂਗੀ। ਇੱਕ, ਦੋ, 3 ਟੇਬਲ ਸਪੂਨ ਮੈਂ ਦੇਸੀ ਘਿਓ ਦੇ ਪਾ ਲਏ ਆ। ਗੈਸ ਮੈਂ ਸਲੋਅ 'ਤੇ ਔਨ ਕਰ ਲਉਂਗੀ, ਸਲੋਅ 'ਤੇ ਰੱਖਣਾ। ਇਹਦੇ ਵਿੱਚ 1/2 ਕੱਪ ਮੈਂ ਪਾ ਲਿਆ ਆ ਦੁੱਧ ਦਾ, ਫੁੱਲ ਕਰੀਮ ਦੁੱਧ ਆ ਰੂਮ ਟੈਂਪਰੇਚਰ 'ਤੇ। ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਆ, ਫਿਰ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਉਂਗੇ। ਹੁਣ ਦੁੱਧ ਗਰਮ ਹੋ ਗਿਆ, ਆਪਾਂ 1 ਕੱਪ ਇਹਦੇ ਵਿੱਚ ਮਿਲਕ ਪਾਊਡਰ ਦਾ ਪਾ ਦੇਣਾ। ਹੁਣ ਮੈਂ ਹੀਟ ਮੀਡੀਅਮ ਸਲੋਅ 'ਤੇ ਕਰ ਲਈ ਆ ਤਾਂ ਕਿ ਥੱਲੇ ਨਾ ਲੱਗੇ। ਹਿਲਾਉਂਦੇ ਰਹਿਣਾ ਆਪਾਂ। ਆਪਾਂ ਇਹਦੇ ਵਿੱਚ ਇੱਦਾਂ ਲੰਪਸ ਨਹੀਂ ਰਹਿਣ ਦੇਣੇ, ਐਨ ਚੰਗੀ ਤਰ੍ਹਾਂ ਮਿਕਸ ਕਰਨਾ। ਜੇ ਤੁਹਾਡੇ ਤੋਂ ਨਹੀਂ ਕੰਟਰੋਲ ਹੁੰਦਾ, ਤੁਹਾਨੂੰ ਲੱਗਦਾ ਵੀ ਲੰਪਸ ਪੈ ਜਾਊਗੇ, ਤੁਸੀਂ ਦੁੱਧ ਨੂੰ ਇੱਕਦਮ ਨਾ ਸੁੱਕੇ ਦੁੱਧ ਨੂੰ ਵਿੱਚ ਪਾਓ, ਮਿਲਕ ਪਾਊਡਰ ਨੂੰ ਥੋੜ੍ਹਾ ਥੋੜ੍ਹਾ ਕਰਕੇ 2 ਕੁ ਵਾਰੀ ਵਿੱਚ ਕਰਕੇ ਪਾ ਦਿਉ। ਪਹਿਲਾਂ 1/2 ਕੱਪ ਪਾ ਕੇ ਹਿਲਾ ਲਓ, ਫਿਰ 1/2 ਕੱਪ ਪਾ ਲਓ। ਬਸ ਹਿਲਾਉਂਦੇ ਰਹਿਣਾ ਆ, ਆਲੇ ਦੁਆਲੇ ਵੀ ਲਾਈ ਜਾਓ, ਲੱਗਣ ਨਾ ਦਿਉ। ਇਹ ਖੋਆ 7-8 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਆ। ਜੇ ਆਪਾਂ ਦੁੱਧ ਦਾ ਬਣਾਈਏ ਉਹਨੂੰ ਬਹੁਤ ਦੇਰ ਲੱਗਦੀ ਆ, ਇਹ ਆਪਾਂ ਬਹੁਤ ਛੇਤੀ ਬਣਾ ਲੈਂਦੇ ਹਾਂ। ਕਈ ਵਾਰੀ ਆਪਾਂ ਨੂੰ ਗਜਰੇਲੇ ਲਈ ਚਾਹੀਦਾ ਹੁੰਦਾ ਆ, ਆਪਣਾ ਮਗਰੋਂ ਇੱਦਾਂ ਮਾਇੰਡ ਬਣਦਾ ਕਹਿਣਾ ਚਲੋ ਜੀ ਵਿੱਚ ਖੋਆ ਵੀ ਪਾ ਲਈਏ ਬਣਿਆ ਆ, ਹੈ ਨਾ। ਅਤੇ ਪਿੰਡੀਆਂ ਦੇ ਵਿੱਚ ਕਈ ਵਾਰੀ ਦਿਲ ਕਰਦਾ ਪਾਉਣ ਨੂੰ, ਹੈ ਨਾ, ਨਹੀਂ ਤਾਂ ਦੁੱਧ ਦਾ ਖੋਆ ਬਣਾਉਣ ਨੂੰ ਕਿੰਨਾ ਦੇਰ ਲੱਗ ਜਾਂਦੀ ਹੈ। ਅਤੇ ਜੇ ਇਹ ਇੱਕਦਮ ਬਣਾਉਣਾ ਹੋਵੇ ਨਾ, ਤੁਹਾਡਾ ਦਿਲ ਕਰਦਾ, ਬਸ ਬਹੁਤ ਛੇਤੀ ਬਣ ਜਾਂਦਾ ਆ। ਆ ਦੇਖੋ ਇਕੱਠਾ ਹੋਣ ਲੱਗ ਪਿਆ ਹੈ, ਪਰ ਅਜੇ ਤਿਆਰ ਨਹੀਂ ਹੋਇਆ, ਅਜੇ ਨਹੀਂ ਆਪਾਂ ਇਹਨੂੰ ਬੰਦ ਕਰਨਾ। ਅਜੇ ਥੋੜ੍ਹਾ ਰਨੀ ਜਿਹਾ ਲੱਗਦਾ ਆ ਆਪਾਂ ਨੂੰ, ਪਤਲਾ ਲੱਗਦਾ ਆ, ਅਜੇ ਥੋੜ੍ਹਾ ਜਿਹਾ ਹੋਰ ਹਾਰਡ ਕਰਾਂਗੇ। ਜੇ ਬਚ ਜਾਵੇ ਹੈ ਨਾ ਬਰਤਨ ਤੋਂ, ਤੁਸੀਂ ਇਹਨੂੰ ਫਰਿੱਜ ਦੇ ਵਿੱਚ ਵੀ ਵੀਕ ਲਈ ਰੱਖ ਸਕਦੇ ਹਾਂ, ਜਾਂ ਫਰੀਜ਼ਰ ਦੇ ਵਿੱਚ 2-3 ਮਹੀਨੇ ਰਹਿ ਜਾਂਦਾ ਆ ਇਹਨੂੰ ਰੱਖ ਸਕਦੇ ਹਾਂ। ਜਦੋਂ ਵੀ ਤੁਹਾਨੂੰ ਜ਼ਰੂਰਤ ਆ ਵਰਤ ਲਓ, ਕੱਦੂਕਸ ਕਰਕੇ ਵਰਤ ਲਓ, ਜਾਂ ਥੋੜ੍ਹਾ ਚਿਰ ਬਾਹਰ ਰੱਖ ਲਓ, ਜਾਂ ਮਾੜਾ ਜਿਹਾ ਮਾਈਕ੍ਰੋਵੇਵ 'ਚ ਗਰਮ ਕਰ ਲਓ, ਫਿਰ ਤੁਸੀਂ ਵਰਤ ਲਓ। ਮੈਂ ਸਲੋਅ 'ਤੇ ਰੱਖਿਆ ਆ, ਇਹ ਖਿਆਲ ਰੱਖਿਓ, ਨਹੀਂ ਤਾਂ ਫਿਰ ਥੱਲੇ ਲੱਗ ਜਾਊਗਾ, ਇਹਦਾ ਰੰਗ ਵੀ ਸੋਹਣਾ ਨਹੀਂ ਰਹਿਣਾ। ਮਿੰਟ ਕੁ ਹੋਰ ਦਊਂਗੀ ਮੈਂ ਇਹਨੂੰ, ਕਿਉਂਕਿ ਸਲੋਅ 'ਤੇ ਆ। ਦੇਖੋ ਰੰਗ ਵੀ ਕਿੰਨਾ ਸੋਹਣਾ। ਜੇ ਤੁਹਾਡਾ ਉੱਦਾਂ ਵੀ ਹੈ ਨਾ ਖੋਆ ਖਾਣ ਨੂੰ ਦਿਲ ਕਰੇ, ਖੋਏ ਵਾਲੀ ਬਰਫੀ ਜਿੱਦਾਂ ਕਹੀਦਾ,
ਇੱਦਾਂ ਤੁਸੀਂ ਥੋੜ੍ਹੀ ਜਿਹੀ ਵਿੱਚ ਇਹਦੇ ਸ਼ੂਗਰ ਪਾ ਦਿਓ ਆਪਣੇ ਮੁਤਾਬਕ ਜਿੰਨੀ ਕੁ ਤੁਸੀਂ ਖਾਂਦੇ ਆ ਹੈ ਨਾ, ਫਿਰ ਇਹਨੂੰ ਜਮਾ ਦਿਓ। ਜੰਮ ਵੀ ਜਾਂਦਾ ਆ, ਇਹ ਬਹੁਤ ਸੋਹਣਾ ਬਣ ਜਾਂਦਾ ਘਰ ਖਾਣ ਨੂੰ। ਆ ਦੇਖੋ ਘਿਓ ਛੱਡ ਦਿੱਤਾ ਹੈ ਨਾ। ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ, ਇਹਨੂੰ ਕੌਲੀ 'ਚ ਪਾ ਕੇ ਠੰਡਾ ਕਰਾਂਗੇ। ਜਦੋਂ ਘਿਓ ਛੱਡ ਦੇਵੇ ਇਹਦਾ ਮਤਲਬ ਤਿਆਰ ਆ। ਮੈਂ ਗੈਸ ਬੰਦ ਕਰ ਦਿੱਤਾ, ਹੁਣ ਆਪਾਂ ਇਹਨੂੰ ਇਸ ਕੌਲੀ 'ਚ ਕੱਢ ਕੇ ਠੰਡਾ ਕਰਾਂਗੇ। ਆ ਦੇਖੋ ਮੈਂ ਕੌਲੀ 'ਚ ਇਹਨੂੰ ਇੱਦਾਂ ਕੱਢ ਲਿਆ, ਹੁਣ ਆਪਾਂ ਇਹਨੂੰ ਠੰਡਾ ਕਰਾਂਗੇ, ਫਿਰ ਮੈਂ ਤੁਹਾਨੂੰ ਠੰਡਾ ਕਰਕੇ ਦਿਖਾਉਂਦੀ ਹਾਂ। ਖੋਆ ਬਣ ਕੇ ਹੁਣ ਤਿਆਰ ਹੋ ਗਿਆ, ਇਹ ਬਹੁਤ ਸੋਹਣਾ ਬਣਿਆ ਆ। ਦੇਖੋ ਐਨ ਦਾਣੇਦਾਰ ਹੁਣ ਠੰਡਾ ਹੋ ਗਿਆ ਆ। ਹੁਣ ਆਪਾਂ ਇਹਨੂੰ ਜਿਹੜੀ ਵੀ ਰੈਸਪੀ 'ਚ ਵਰਤਣਾ ਚਾਹੀਏ ਵਰਤ ਸਕਦੇ ਹਾਂ। ਤੁਸੀਂ ਵੀ ਆਪਣੇ ਘਰਾਂ 'ਚ ਮੈਨੂੰ ਬਣਾ ਕੇ ਜ਼ਰੂਰ ਦੱਸਿਓ ਕਿੱਦਾਂ ਦਾ ਬਣਿਆ। ਮੇਰਾ ਤਾਂ ਬਹੁਤ ਸੋਹਣਾ ਬਣਿਆ ਆ, ਦੇਖੋ ਐਨ ਦਾਣੇਦਾਰ ਆ, ਬਹੁਤ ਵਧੀਆ, ਬਿਲਕੁਲ ਹੱਥਾਂ ਨੂੰ ਨਹੀਂ ਲੱਗਦਾ। ਦੇਖੋ ਐਨ ਗੋਲੀ ਬਣਦੀ ਹੈ। ਦੇਖੋ ਤੁਸੀਂ ਵੀ ਆਪਣੇ ਘਰਾਂ 'ਚ ਬਣਾ ਕੇ ਮੈਨੂੰ ਜ਼ਰੂਰ ਦੱਸਿਓ ਤੁਹਾਡਾ ਖੋਆ ਕਿੱਦਾਂ ਦਾ ਬਣਿਆ। ਇਹਨੂੰ ਬਣਾਉਣ ਨੂੰ ਮੈਨੂੰ ਵੱਧ ਤੋਂ ਵੱਧ 8 ਜਾਂ 9 ਮਿੰਟ ਲੱਗੇ ਆ, ਬਸ 10 ਮਿੰਟ ਤੋਂ ਪਹਿਲਾਂ ਇਹ ਬਣ ਜਾਂਦਾ ਆ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਆਪਣੇ ਫਰੈਂਡਾਂ ਵਿੱਚ ਵੀ ਸ਼ੇਅਰ ਜ਼ਰੂਰ ਕਰਿਆ ਕਰੋ, ਉਹਨਾਂ ਨੂੰ ਵੀ ਮੇਰੇ ਚੈਨਲ ਬਾਰੇ ਦੱਸਿਆ ਕਰੋ। ਪੇਂਡੂ ਜਾਸੀ ਇਨ ਆਸਟ੍ਰੇਲੀਆ ਉਹ ਸਰਚ ਕਰਕੇ ਲੱਭ ਸਕਦੇ ਆ ਰੈਸਪੀਆਂ ਮੇਰੀਆਂ ਜਦੋਂ ਕੁਛ ਬਣਾਉਣਾ ਹੋਵੇ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।